ਓਹੋ ਬਿੱਲੋ, ਥੱਕ ਗਏ ਯਾਰ, ਚਾਹ ਦੀ ਕੁੱਟ ਬਣਾ। ਚਾਹ ਤਾਂ ਤੈਨੂੰ ਫੇਰ ਪਿਲਾਉਂਗੀ, ਪਹਿਲਾਂ ਮੈਨੂੰ ਐਂ ਦੱਸ, ਉਹ ਚੁੜੇਲ ਕੌਣ ਸੀ ਜਿਹੜੀ ਤੈਨੂੰ ਬਾਰ ਬਾਰ ਘੂਰੀ ਜਾਂਦੀ ਸੀ, ਨਾਲੇ ਇਸ਼ਾਰੇ ਵੀ ਕਰਦੀ ਸੀ, ਤੇ ਉੱਤੋਂ ਤੂੰ ਵੀ ਉਹਨੂੰ ਰਿਸਪੌਂਸ ਦੇਈ ਜਾਂਦਾ ਸੀ। ਓਏ ਹੱਦ ਹੋ ਗਈ ਯਾਰ, ਕਿਉਂ ਦਿਮਾਗ ਖਰਾਬ ਕਰੀ ਜਾਂਦੀ ਹੈ? ਹਜੇ ਤਾਂ ਮੈਂ ਉਹਨੂੰ ਵੀ ਸਮਝਾਉਣਾ ਵੀ ਤੂੰ ਕੌਣ ਆ। ਕੀ ਮਤਲਬ ਤੇਰਾ, ਤੈਨੂੰ ਨਹੀਂ ਪਤਾ ਮੈਂ ਕੌਣ ਆ? ਉਹ ਮੈਨੂੰ ਤਾਂ ਪਤਾ, ਉਹਨੂੰ ਤਾਂ ਨਹੀਂ ਪਤਾ ਵੀ ਤੂੰ ਕੌਣ ਆ। ਹੱਦ ਹੋ ਗਈ ਯਾਰ, ਤੀਵੀਂ ਨੂੰ ਸਮਝਾਉਣਾ ਵੀ ਬਾਹਲਾ ਹੀ ਔਖਾ। ਇੱਕ ਨੂੰ ਸਮਝਾਓ ਦੂਜੀ ਵਿਗੜ ਜਾਂਦੀ ਹੈ, ਦੂਜੀ ਨੂੰ ਸਮਝਾਓ ਪਹਿਲੀ ਵਿਗੜ ਜਾਂਦੀ ਹੈ। ਯਾਰ ਬੰਦਾ ਕਿਹਨੂੰ ਕਿਹਨੂੰ ਸਮਝਾਵੇ, ਕੋਈ ਬੰਦੇ ਨੂੰ ਵੀ ਸਮਝੇ। ਉਹ ਬਿੱਲੋ, ਉਹ ਗੱਲ ਤਾਂ ਸੁਣ ਯਾਰ, ਉਹ ਮੈਂ ਤਾਂ ਹੱਸਦਾ ਸੀ। ਜਿੰਨਾ ਮਰਜ਼ੀ ਬੰਦੇ ਦਾ ਕਰ ਲਓ, ਇਹ ਨਹੀਂ ਕਿਸੇ ਦੇ ਮਿੱਤ ਹੁੰਦੇ। ਉਹ ਗੱਲ ਤਾਂ ਸੁਣ, ਤੈਨੂੰ ਅਜੇ ਤਾਂ ਕੁਛ ਪਤਾ ਹੀ ਨਹੀਂ। ਹਾਂ ਸਾਰਾ ਕੁਛ ਪਤਾ ਮੈਨੂੰ, ਤੁਹਾਨੂੰ ਹੁਣ ਮੇਰੇ 'ਚ ਇੰਟਰਸਟ ਨਹੀਂ ਰਿਹਾ, ਹੁਣ ਦੂਜੀਆਂ ਜਨਾਨੀਆਂ ਸੋਹਣੀਆਂ ਲੱਗਣ ਲੱਗ ਗਈਆਂ ਤੁਹਾਨੂੰ। ਇਹ ਤੁਹਾਡੇ ਇਕੱਲਿਆਂ ਦੀ ਪ੍ਰੋਬਲਮ ਨਹੀਂ ਹੈਗੀ, ਇਹ ਸਾਰੇ ਮਰਦ ਜਾਤ ਦੀ ਪ੍ਰੋਬਲਮ ਹੈ। ਆਪਦੀ ਜਨਾਨੀ ਭਾਵੇਂ ਜਿੰਨੀ ਮਰਜ਼ੀ ਸੋਹਣੀ ਹੋਵੇ, ਪਰ ਦੂਜੀ ਪਿੱਛੇ ਪੂਛ ਲਾਉਂਦੇ ਫਿਰਨਾ ਹੁੰਦਾ ਬੇਵਫਾ ਕਿਸੇ ਥਾਂ ਦੇ। ਲੈ ਦੱਸ ਯਾਰ, ਦੂਜੀ ਮਗਰ ਕਿਹੜਾ ਕੁੱਤਾ ਜਾਂਦਾ ਗਾ? ਬਿੱਲੋ, ਜਿੱਦਾਂ ਦੀ ਤੂੰ ਮੇਰੀ ਜ਼ਿੰਦਗੀ 'ਚ ਆਈ ਆ ਨਾ, ਧਰਮ ਨਾਲ ਨਜ਼ਾਰਾ ਬੰਨਿਆ ਪਿਆ। ਉਹ ਦੂਜੀਆਂ ਤਾਂ ਤੇਰੇ ਪੈਰ ਵਰਗੀਆਂ ਵੀ ਨਹੀਂ ਹੈਗੀਆਂ। ਬਿੱਲੋ ਅਸਾਂ ਲੱਗੇ ਤੇਰੀ। ਆਹੋ ਝੂਠੀਆਂ ਸੌਂ ਖਾਈ ਜਾਓ ਮੇਰੀਆਂ, ਵੀ ਇਹ ਛੇਤੀ ਮਰ ਜੇ, ਵੀ ਤੁਹਾਡਾ ਖੇੜਾ ਛੁੱਟ ਜੇ, ਮੈਂ ਨਹੀਂ ਤੁਹਾਡਾ ਖੇੜਾ ਛੱਡਦੀ। ਜਿਉਂਦੇ ਜੀ ਤਾਂ ਦੂਰ ਦੀ ਗੱਲ, ਮਰ ਕੇ ਵੀ ਨਹੀਂ ਛੱਡਦੀ ਹੈਗੀ। ਆਏ ਵੱਡੇ, ਹੱਦ ਹੋ ਗਈ ਯਾਰ, ਉਹ ਮੇਰਾ ਬਿੱਲੋ ਬਿੱਲੋ ਕਰਦੇ ਤਾਂ ਮੂੰਹ ਸੁੱਕੀ ਜਾਂਦਾ, ਤੂੰ ਨੱਕ 'ਤੇ ਮੱਖੀ ਨਹੀਂ ਬੈਠਣ ਦਿੰਦੀ। ਉਹ ਯਾਰ ਮੈਂ ਤੈਨੂੰ ਕਿਵੇਂ ਯਕੀਨ ਦਵਾਵਾਂ ਵੀ ਮੇਰੀ ਜ਼ਿੰਦਗੀ 'ਚ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈਗੀ। ਜਿਹਦੇ ਦਿਲ 'ਚ ਮੈਲ ਨਹੀਂ ਹੁੰਦੀ ਨਾ, ਉਹਨੂੰ ਯਕੀਨ ਦਵਾਉਣ ਦੀ ਲੋੜ ਨਹੀਂ ਹੁੰਦੀ, ਸਮਝੇ? ਇੱਕ ਗੱਲ ਜ਼ਰੂਰ ਯਾਦ ਰੱਖਿਓ, ਦੂਜੀ ਤੁਹਾਨੂੰ ਸਰੀਰਕ ਸੁੱਖ ਤਾਂ ਜ਼ਰੂਰ ਦੇ ਦੂਗੀ, ਪਰ ਮਾਨਸਿਕ ਤੌਰ 'ਤੇ ਪਰੇਸ਼ਾਨ ਜ਼ਰੂਰ ਕਰੂਗੀ ਤੁਹਾਨੂੰ, ਫਿਰ ਰੋਇਓ ਨਾ। ਉਹ ਗੱਲ ਤਾਂ ਸੁਣ ਲਾ, ਪਤਾ ਨਹੀਂ ਯਾਰ ਕੀ ਗੱਲ ਹੈ, ਦੂਜੇ ਦੀ ਜਨਾਨੀ ਨਾ ਧੱਕੇ ਨਾਲੇ ਵਧੀਆ ਲੱਗੀ ਜਾਂਦੀ ਹੈ। ਬੰਦਾ ਕਰੇ ਕੀ, ਐਂ ਕਰਦਾ ਪਹਿਲਾਂ ਆਪਣੇ ਵਾਲੀ ਨੂੰ ਮਨਾਉਣਾ, ਕਿਤੇ ਇਹ ਨਾ ਰੁੱਸ ਜੇ, ਦੂਜੀ ਤਾਂ ਮੰਨੇ ਜਾਊ। ਉਹ ਬਿੱਲੋ ਯਾਰ ਜੱਗੇ, ਮੈਨੂੰ ਇੱਕ ਗੱਲ ਦੱਸ ਦੇ ਵੀ ਬੰਦੇ ਦੀ ਭੁੱਖ ਕਿਉਂ ਨਹੀਂ ਮਿਟਦੀ? ਆਹ ਚੰਗੀ ਭਲੀ ਤੁਹਾਡੀ ਭਰਜਾਈ ਇੰਨੀ ਸੋਹਣੀ ਸੁਨੱਖੀ ਹੈ, ਫਿਰ ਵੀ ਸਾਡੀ ਆ ਗੁਆਂਢਣ ਨਹੀਂ। ਆਹ ਮੇਰੂ ਵਾਲੀ ਚੰਗੀ ਮੈਨੂੰ ਸਾਲੀ ਉਹ ਲੱਗੀ ਜਾਂਦੀ ਹੈ। ਉਹ ਯਾਰ ਘਰ ਦੀ ਮੁਰਗੀ ਦਾਲ ਬਰੋਬਰ ਜੱਸਿਆ, ਆਹੀ ਵਜ੍ਹਾ ਬਸ। ਹੁਣ ਤੂੰ ਦੇਖ ਲਾ, ਘਰ ਵਾਲੀ ਜਿੰਨੀ ਮਰਜ਼ੀ ਤਿਆਰ ਹੋ ਜੇ ਪਰ ਸੋਹਣੀ ਬਾਹਰ ਵਾਲੀ ਲੱਗੂ। ਤੇਰਾ ਤਾਂ ਕੰਮ ਜ਼ਿਆਦਾ ਖਰਾਬ ਹੋ ਗਿਆ ਤੀ, ਤਾਂ ਹੀ ਛੱਡ ਕੇ ਗਈ ਹੈ। ਉਹ ਕੰਮ ਖਰਾਬ ਵਾਲੀ ਗੱਲ ਨਹੀਂ ਕੀ, ਉਹਦਾ ਯਾਰ ਇਸ਼ਟਾਂ 'ਤੇ ਰੀਲਾਂ ਪਾਉਂਦੀ ਤੀ, ਲੋਕ ਮੈਨੂੰ ਕਰਦੇ ਤੇ ਮਖੌਲ ਵੀ ਭਾਬੀ ਆਏ ਆ ਭਾਬੀ ਆਉ ਆ, ਤਾਂ ਮੈਨੂੰ ਗੁੱਸਾ ਆ ਗਿਆ ਬਸ। ਮੇਰਾ ਘਰ ਤਾਂ ਬਾਈ ਰੀਲਾਂ ਨੇ ਪੱਟਤਾ। ਯਾਰ ਜੱਗੇ, ਬਿੱਲੋ ਮੈਨੂੰ ਵੀ ਕਹਿੰਦੀ ਆ ਵੀ ਫੋਨ ਲੈ ਕੇ ਦੇ, ਮੈਨੂੰ ਲੱਗਦਾ ਰੀਲਾਂ ਵਾਸਤੇ ਕਹਿੰਦੀ ਉਹ, ਤਾਂ ਹੀ ਤਾਂ ਇੰਨਾ ਕਲੇਸ਼ ਕਰਦੀ ਆ। ਉਹ ਬਾਈ ਆ ਹੱਥ ਬੰਨ ਕੇ ਬੇਨਤੀ ਆ, ਮੋਬਾਈਲ ਨਾ ਲੈ ਕੇ ਦੇ ਦੀ, ਹੋਰ ਜੋ ਮਰਜ਼ੀ ਦੇ ਦੇ, ਘਰ ਪੱਟਿਆ ਜਾਊ ਤੇਰਾ ਦੇਖ ਲਾ। ਯਾਰ ਜੱਗਿਆ,
ਜੇ ਨਹੀਂ ਲੈ ਕੇ ਦਿੰਦੇ ਤਾਂ ਕਲੇਸ਼ ਕਰਦੀ ਆ। ਲੈ ਲੈਣ ਦੇ ਫਿਰ, ਦੇਖੀ ਉਹ ਜਿਹੜੀ ਹੋਊਗੀ ਅਸੀਂ ਵੀ ਦੇਖ ਲਿਆ ਕਰਾਂਗੇ ਭਾਬੀ ਦੇ ਲਟਕੇ ਝਟਕੇ। ਉਹਦਾ ਭਾਬੀ ਮੂਵੀ ਨਹੀਂ ਦਿਖਾਉਂਦੀ ਕਿਉਂ? ਨਾ ਤੇਰਾ ਮਤਲਬ ਕੀ ਆ ਓਏ? ਉਹ ਹੋਰ ਰੀਲਾਂ 'ਚ ਕੀ ਹੁੰਦਾ ਬਾਈ, ਸਰੀਰ ਦੀ ਨੁਮਾਇਸ਼ ਆ ਹੈ। ਉਹ ਤਾਂ ਹੀ ਇਹ ਤੀਵੇਂ ਦੇ ਫੈਨ ਫੋਲੋ ਵੱਧਦੇ ਨੇ, ਅਸੀਂ ਲਾਇਕ ਕਰਦੇ ਰਹਿੰਦੇ ਹਾਂ। ਆਹ ਹੁਣ ਤੂੰ ਦੇਖ ਲਾ, ਮੈਂ ਤੇਰੇ ਨਾਲ ਵੀਡੀਓ ਬਣਾ ਕੇ ਪਾਦਾ ਫੋਨ 'ਤੇ, ਮਜ਼ਾ ਆ ਲੈ ਜੇ ਇੱਕ ਵੀ ਲਾਇਕ ਆ ਜੇ। ਇਹਨਾਂ ਦੇ ਲਾਇਕ ਆਉਂਦੇ ਨੇ ਲੱਖਾਂ 'ਚ। ਉਹ ਬਾਈ ਫਿਰ ਕੀ ਹੁੰਦਾ, ਲੈ ਦੇ ਫੋਨ, ਲਾਇਕ ਕਰਨ ਵਾਲੇ ਕਿਹੜਾ ਘਰੇ ਆ ਵੜਦੇ ਨੇ, ਇੰਸਟਾ 'ਤੇ ਕਰੀ ਜਾਂਦੇ ਕਰੀ ਜਾਣ ਦੇ। ਉਹ ਲੈ ਦੇ ਭਾਈ ਫਿਰ, ਦੇਖੀ ਉਹ ਜਿਹੜੀ ਹੋਊਗੀ, ਨਾਲੇ ਘਰ 'ਚ ਸ਼ਾਂਤੀ ਰਹੂਗੀ। ਚੱਲ ਦੇਖਦੇ ਹਾਂ ਯਾਰ। ਹਾਂ ਚੱਲ ਚੰਗਾ ਬਾਈ, ਮੈਂ ਚੱਲ। ਹਾਂ ਵਧੀਆ ਲੈ ਕੇ ਦਈ ਜੀ, ਫੋਟੋ ਸਾਫ਼ ਜੀ ਆਵੇ। ਐਂ ਕਰੀ ਬਾਈ, ਜਦ ਭਾਬੀ ਨੇ ਰੀਲ ਪਾਤੀ ਨਾ, ਨਾਲ ਦੀ ਨਾਲ ਫੋਲੋ ਕਰ ਦੇ। ਮੈਂ ਤਾਂ ਉਦੀ ਕਰ ਦੂੰ। ਹਾਂ ਦੇਖਿਆ ਕਰਾਂਗੇ ਬਹਿ ਕੇ। ਬਿੱਲੋ, ਓ ਬਿੱਲੋ ਆ ਦੇਖ ਮੈਂ ਤੇਰੇ ਲਈ ਕੀ ਲੈ ਕੇ ਆਇਆ। ਮੇਰੇ ਲਈ? ਹਾਂ ਕੀ ਲਿਆ ਜੀ ਤੁਸੀਂ? ਹਾਏ ਮੈਂ ਮਰ ਜਾ, ਫੋਨ ਲਿਆ ਜੀ ਤੁਸੀਂ? ਇੱਕ ਮਿੰਟ ਆ ਫੜਿਓ ਜੀ। ਹਾਏ ਜੀ ਤੁਸੀਂ ਕਿੰਨੇ ਚੰਗੇ ਹੋ, ਦੇਖੀ ਜਿਵੇਂ ਦੇ ਮਰਜ਼ੀ ਹੋ ਪਰ ਮੇਰੀ ਗੱਲ ਨਹੀਂ ਮੋੜਦੇ। ਯਾਰ ਬਿੱਲੋ ਮੈਂ ਤੈਨੂੰ ਉਦਾਸ ਨਹੀਂ ਦੇਖ ਸਕਦਾ, ਤਾਂ ਹੀ ਨਵਾਂ ਫੋਨ ਲਿਆ ਕੇ ਦਿੱਤਾ। ਹੁਣ ਤੂੰ ਜਿੰਨੀਆਂ ਮਰਜ਼ੀ ਰੀਲਾਂ ਬਣਾ, ਹੁਣ ਜੋ ਤੇਰਾ ਮਨ ਕਰਦਾ ਉਹ ਕਰ, ਬਸ ਤੂੰ ਖੁਸ਼ ਰਿਹਾ ਕਰ। ਸੱਚੀ ਜੀ ਮੈਂ ਬਹੁਤ ਖੁਸ਼ ਰਿਹਾ ਕਰੂੰ, ਨਾਲੇ ਤੁਹਾਨੂੰ ਵੀ ਖੁਸ਼ ਰੱਖਿਆ ਕਰੂੰਗੀ ਮੈਂ। ਚੱਲ ਮੈਂ ਹੁਣੇ ਰੀਲ ਬਣਾ ਕੇ ਇੰਸਟਾਗ੍ਰਾਮ 'ਤੇ ਪਾਉਂਦੀ ਹਾਂ, ਤੁਸੀਂ ਦੇਖਿਓ ਕਿੰਨੀ ਵਾਇਰਲ ਹੋਊਗੀ, ਕਿੰਨੀ ਮੇਰੀ ਫੈਨ ਫੋਲੋਇੰਗ ਹੋ ਜੂਗੀ। ਚੱਲ ਧਿਆਨ ਨਾਲ ਪਾਇਆ ਕਰੇ ਰੀਲ, ਸਾਰਿਆਂ ਨੇ ਦੇਖਣੀ ਹੁੰਦੀ ਆ ਨਾ, ਰਿਸ਼ਤੇਦਾਰਾਂ ਨੇ ਯਾਰਾਂ ਦੋਸਤਾਂ ਨੇ, ਕਿਤੇ ਕੱਲ੍ਹ ਨੂੰ ਮੈਨੂੰ ਮਖੌਲ ਕਰੀ ਜਾਣ ਵੀ ਤੇਰੇ ਘਰ ਵਾਲੀ ਆਹ ਕੀ ਕਰੀ ਜਾਂਦੀ ਹੈ। ਲੈ ਦੱਸੋ ਜੀ ਮੈਂ ਕੋਈ ਬੇਵਕੂਫ ਹਾਂ? ਮੈਂ ਗੰਦੀਆਂ ਨਹੀਂ ਸੋਹਣੀ ਸੋਹਣੀ ਰੀਲਾਂ ਬਣਾਇਆ ਕਰੂੰਗੀ। ਪਹਿਲੀ ਰੀਲ ਤੁਸੀਂ ਮੇਰੀ ਬਣਾਇਓ, ਆਹ ਫੜੋ ਫੋਨ। ਉਹ ਯਾਰ ਮੈਨੂੰ ਰੀਲ ਬਣਾਉਣੀ ਕਿੱਥੇ ਆਉਂਦੀ ਹੈ, ਤੂੰ ਆਪੇ ਬਣਾ ਲਾ। ਹੈਂ ਚਲੋ ਠੀਕ ਹੈ ਜੀ ਮੈਂ ਰੀਲ ਬਣਾਉਣੀ ਆ ਜਾ ਕੇ। ਮੇਰੇ ਸਾਲ ਦੀ ਜੱਬੜ ਜਨਾਨੀ, ਬਣਾ ਦੇ ਇਹਦੀ ਰੀਲ, ਇਹ ਤਾਂ ਬਾਹਲੀ ਹੈਂਡ ਕਰ ਰਹੀ ਸੀ, ਮੈਂ ਤਾਂ ਲਿਆ ਕੇ ਦੇਤਾ, ਨਹੀਂ ਮੈਂ ਕਿੱਥੇ ਲਿਆ ਕੇ ਦੇਣਾ ਸੀ। ਹੈਂ ਬਸ ਤੂੰ ਖੁਸ਼ ਰਿਹਾ ਕਰ, ਗੁਰਦਾਸ ਮਾਨ ਸਹੀ ਕਹਿ ਕੇ ਗਿਆ, ਜਿਹੜੇ ਘਰ ਜਨਾਨੀ ਹੱਸਦੀ ਹੈ ਨਾ ਉਹ ਘਰ ਹੱਸਦੇ ਵੱਸਦੇ ਰਹਿੰਦੇ ਆ, ਬਸ ਤੂੰ ਖੁਸ਼ ਰਿਹਾ ਕਰ, ਬਾਹਰਲੀ ਤਾਂ ਮੈਂ ਆਪੇ ਖੁਸ਼ ਕਰ ਦੂੰ। ਆਹ ਕਿਹੜੀ ਹੋਵੇ ਬੜੀ ਘੈਂਟ ਨੇ ਤੇ, ਉਹ ਤੁਹਾਡੀ ਭੈਣ ਦੇ, ਉਹ ਇਹਦਾ ਜੱਸੇ ਦੀ ਬਹੂ ਆ ਓਏ, ਮੈਨੂੰ ਲੱਗਦਾ ਦਵਾਤਾ ਫੋਨ, ਜੋਰੇ ਨੂੰ ਦੱਸਦਾ ਜਾ ਕੇ ਜੋਰਿਆ। ਉਹ ਜੱਗੇ ਉਹ ਬਿੱਲੋ ਭਾਬੀ ਦੀ ਰੀਲ ਆ ਗਈ ਓਏ, ਉਹ ਜੋਰਿਆ ਉਹ ਬਿੱਲੋ ਭਾਬੀ ਦੀ ਰੀਲ ਆ ਗਈ, ਆ ਜਾ ਉਹ ਜੋਰਿਆ। ਉਹ ਜੋਰਿਆ ਜੱਸੇ ਬਾਈ ਦੀ ਬਹੂ ਨੇ ਨਾ ਆਹ ਦੇਖ ਰੀਲਾਂ ਪਾ ਪਾ ਕੇ ਨਾ ਕਿਵੇਂ ਅੱਗ ਲਾ ਰੱਖੀ ਹੈ। ਹੋਰ ਮੈਂ ਵੀ ਅੱਜ ਦੇਖਿਆ ਨਾ ਇੰਸਟਾ 'ਤੇ, ਲਾਟ ਨਿਕਲ ਗਈ ਪਿੰਡ 'ਚੋਂ, ਮਾਮਾ ਤੇਰੇ ਕਹਿੰਦੀ ਭੱਜਿਆ ਵੀ ਜੋਰੇ ਨੂੰ ਦਿਖਾਵਾਂ ਜਾ ਕੇ। ਆ ਸਰੀਰ ਦੇਖ ਧਰਮ ਨਾਲ ਕਿੱਡਾ ਗਾਡਰ ਸਰੀਰ ਹੈ।
ਸੌਂ ਲੱਗੇ ਯਾਰ, ਮੈਨੂੰ ਤਾਂ ਸੋਹਣੀ ਬਹੁਤ ਲੱਗਦੀ ਹੈ। ਤੈਨੂੰ ਕੀ ਦੱਸਾਂ ਯਾਰ, ਮੈਂ ਤਾਂ ਰਾਤ ਨੂੰ ਰਜਾਈ 'ਚ ਇਕੱਲਾ ਵੜ ਕੇ ਦੇਖਦਾ ਯਾਰ ਰੀਲਾਂ। ਆ ਤੂੰ ਦੇਖ ਭਾਬੀ ਦਾ ਕਿੰਨਾ ਸੋਹਣਾ ਸਰੀਰ ਆ, ਜਮਾ ਹੀ ਨਾ ਗੁੰਦਵਾਂ ਸਰੀਰ ਆ ਭਾਬੀ ਦਾ। ਮੈਨੂੰ ਤਾਂ ਸੋਹਣੀਆਂ ਬਹੁਤ ਲੱਗੀ ਜਾਂਦੀਆਂ ਨੇ ਉੱਤੇ, ਮੇਰਾ ਤਾਂ ਜੀ ਕਰਦਾ ਵਾਰ ਵਾਰ ਰੀਲ ਦੇਖੀ ਜਾਵਾਂ। ਉਹ ਯਾਰ ਜੱਗੇ, ਹਾਂ ਜੱਸੇ ਕੇ ਘਰੇ ਚੱਲੀਏ, ਉਹ ਬਿੱਲੋ ਭਾਬੀ ਨਾਲ ਰੀਲ ਬਣਾਵਾਂਗੇ। ਗੁੱਸਾ ਤਾਂ ਨਹੀਂ ਕਰਦਾ ਜੱਸਾ? ਉਹ ਗੁੱਸਾ ਕੀ ਕਰਨਾ ਉਹਨੇ, ਰੁਪਈਏ ਆਉਂਦੇ ਨੇ ਇਸ਼ਟਾਂ ਤੋਂ, ਉਹਦਾ ਕੋਈ ਇੱਕ ਛੱਡ ਚਾਰ ਬਣਾ ਲਓ ਜਾਂ ਨੱਚਣੇ ਲੱਗੇ ਫਿਰ ਘੁੰਡ ਕਾਹਦਾ। ਹੁਣ ਤਾਂ ਉੱਥੇ ਚੜ੍ਹਾਈ ਹੋ ਗਈ ਭਾਬੀ ਦੀ। ਹਾਂ ਆਪਾਂ ਐਂ ਕਰਦੇ ਹਾਂ, ਪਹਿਲਾਂ ਮੈਂ ਜਾਂਦਾ, ਜਦ ਮੇਰੇ ਨਾਲ ਰੀਲ ਬਣਾ ਲਈ ਸਮਝ ਲਾ ਤੈਨੂੰ ਵੀ ਨਹੀਂ ਜਵਾਬ ਦਿੰਦੀ। ਲੈ ਆ ਗਿਆ ਜੱਸਾ ਵੀ, ਇਹਨੂੰ ਪੁੱਛੇ ਲੈਂਦੇ ਹਾਂ ਕਿਵੇਂ ਹੋ ਚੋਬਰੋ, ਕੱਲੀ ਹੋ ਖੁਸ਼ ਹੋ ਜਾਂਦੇ ਹੋ? ਜੱਸੇ ਬਿੱਲੋ ਭਾਬੀ ਨੂੰ ਦੇਖ ਕੇ ਖੁਸ਼ ਹੋ ਰਿਹਾ, ਹੋਰ ਕਿਹਨੂੰ ਦੇਖਣਾ? ਬਿੱਲੋ ਨੂੰ, ਆਹ ਦੇਖ ਕਿੰਨਾ ਘੈਂਟ ਗਾਡਰ ਸਰੀਰ ਹੈ। ਓਏ ਤੁਸੀਂ ਛਿੱਤਰ ਨਾ ਖਾ ਲਿਓ ਮੈਥੋਂ, ਸਾਲਿਓ ਮੇਰੇ ਘਰ ਵਾਲੀ ਆ ਇਹ। ਫਿਰ ਅਸੀਂ ਕਦ ਕਹਿੰਦੇ ਸਾਡੇ ਘਰ ਵਾਲੀ ਆ ਹੈ ਦੱਸਿਆ? ਉਹ ਇੱਕ ਗੱਲ ਆ ਭਾਬੀ, ਮਾਲ ਸਿਰੇ ਦਾ, ਆਹ ਦੇਖ ਬਿੱਲੋ ਭਾਬੀ ਦੀ ਰੀਲ, ਲੈਕ 10 ਲੱਖ 'ਤੇ ਪਹੁੰਚਣ ਵਾਲੇ ਹੋ ਗਏ, 8-9 ਕਮੈਂਟ ਤਾਂ ਮੈਂ ਇਕੱਲੇ ਦੇ ਕਰਤੇ, ਗਾਡਰ ਬੰਬ ਪੁਰਜਾ ਪਟੋਲਾ ਬਿੱਲੋ ਭਾਬੀ। ਮੈਂ ਕਹਿੰਦਾ ਪੁੱਛਣਾ ਜੱਸਾ, ਸਵਾਲ ਲਿਆਦਾ ਭਾਬੀ ਨੇ। ਉਹ ਹੈਲੋ, ਮੈਂ ਛਿੱਤਰ ਲਾ ਲੈਣਾ ਜੇ ਹੁਣ ਬਕਵਾਸ ਕਰੀਏ ਤਾਂ, ਸਾਲੇ ਵਿਹਲੜ। ਉਹ ਬਾਈ ਅਸੀਂ ਤਾਂ ਫੋਲੋ ਕੀਤਾ ਹੋਇਆ ਭਾਬੀ ਨੂੰ, ਜਦੋਂ ਕੋਈ ਨਵੀਂ ਰੀਲ ਪਾਉਂਦੀ ਹੈ ਨਾ ਸਾਡੇ ਕੋਲ ਉਹਦੀ ਅਪਡੇਟ ਆ ਜਾਂਦੀ ਹੈ। ਉਹ ਇਸ ਤਾਂ ਫੈਨ ਆ ਬਿੱਲੋ ਭਾਬੀ ਦੇ, ਹਾਂ ਗੁੱਸਾ ਨਾ ਕਰੋ। ਮੈਨੂੰ ਲੱਗਦਾ ਐਂ ਨਹੀਂ ਹਟਣਾ ਤੁਸੀਂ, ਛਿੱਤਰ ਲਾਉਣਾ ਪੈਣਾ। ਹੁਣ ਕਰੋ ਬਕਵਾਸ ਤੁਸੀਂ, ਗੁੱਸੇ ਕਾਹਤੋਂ ਹੋਈ ਜਾਂਦਾ ਬਾਈ ਹੈਂ? ਬਿੱਲੋ ਭਾਬੀ ਇੰਨੀ ਤਾਂ ਮਸ਼ਹੂਰ ਹੋ ਗਈ, ਸਾਨੂੰ ਫੋਲੋ ਕੀਤਾ ਭਾਬੀ ਨੂੰ, ਕਿਉਂ ਨਹੀਂ ਬਾਈ ਕਰਿਆ ਹੋਇਆ, ਲੋਕ ਤਾਂ ਪਾਗਲ ਹੋ ਗਏ ਰੀਲਾਂ ਦੇਖ ਦੇਖ ਕੇ। ਉਹ ਬਾਈ ਚੜ੍ਹਾਈ ਹੋ ਗਈ ਭਾਬੀ ਦੀ ਚੜ੍ਹਾਈ। ਮੈਂ ਥੋੜ੍ਹੀ ਸ਼ਿਕਾਇਤ ਕਰਦਾ ਸਰਪੰਚ ਕੋਲ, ਜੇ ਉਹਨੇ ਨਾ ਸੁਣੀ ਫਿਰ ਥਾਣੇ ਚੌਂਕੀ ਜਾਊਂ, ਲੱਗ ਜੂ ਪਤਾ ਜਦੋਂ ਪਰਚਾ ਹੋਇਆ ਵੀ ਕਿਸੇ ਦੇ ਘਰ ਵਾਲੀ ਨੂੰ ਕਿਵੇਂ ਬੋਲੀਦਾ, ਸਮਝੇ? ਓਏ ਆਪਣੇ ਪਿੰਡ ਦਾ ਸਰਪੰਚ ਵੀ ਠਰ ਗਿਆ ਕਿਤੇ, ਉਹ ਵੀ ਨਾ ਰੀਲਾਂ ਦੇਖਦਾ ਹੋਵੇ। ਲੈ ਜੱਗਿਆ ਬਣਾ ਲੈ ਬਿੱਲੋ ਭਾਬੀ ਨਾਲ ਰੀਲਾਂ, ਇਹ ਤਾਂ ਉਈ ਮੱਚਿਆ ਪਿਆ। ਕੋਈ ਨਾ ਬਾਈ ਆਪਾਂ ਉਹਦੇ ਘਰੇ ਚੱਲਦੇ ਹਾਂ, ਉਰੀ ਬੋਲਦਾ ਆਪਣੇ ਮੂਹਰੇ ਇਹ, ਭਾਬੀ ਮੂਹਰੇ ਨਹੀਂ ਬੋਲ ਸਕਦਾ ਹੈ। ਹਾਂ ਭਾਬੀ ਨਾਲ ਰੀਲਾਂ ਬਣਾਵਾਂਗੇ ਆਪਾਂ, ਕਿਤੇ ਖਰਚਾ ਨਾ ਮੰਗ ਕੇ ਖੜ ਜੇ। ਖਰਚੇ ਦੀ ਕਿਹੜੀ ਗੱਲ ਹੈ, ਖਰਚਾ ਵੀ ਦੇ ਦਾਂਗੇ, ਤੂੰ ਐਂ ਸੋਚ ਜਦੋਂ ਨਾਲ ਖੜ ਕੇ ਰੀਲ ਬਣਾਵਾਂਗੇ ਕਿੰਨਾ ਨਜ਼ਾਰਾ ਆਊਗਾ। ਹਾਏ ਹਾਏ, ਉਹ ਖਰਚਾ ਕੀ ਚੀਜ਼ ਹੈ? ਗੱਲ ਤਾਂ ਤੇਰੀ ਸਿਆਣੀ ਆ ਬਾਈ, ਪੈਸੇ ਜਿੰਨੇ ਮਰਜ਼ੀ ਲੱਗ ਜਾਣਾ, ਬਿੱਲੋ ਭਾਬੀ ਨਾਲ ਰੀਲ ਬਣਾਉਣੀ ਬਣਾਉਣੀ ਆ ਬਾਈ। ਐਂ ਕਰਦੇ ਤੜਕੇ ਨਾ ਤਿਆਰ ਹੋ ਕੇ ਆ ਜਾਈ, ਦੇਖੀ ਜਾਊ ਜਿਹੜੀ ਹੋ ਗਈ। ਚੱਲ ਠੀਕ ਆ, ਚੈੱਕ ਕਰਦੇ ਹੋਰ ਪਾਉਂਦੀ ਕਿ ਨਹੀਂ, ਹੈ ਨਾ? ਚੱਲ ਚੰਗਾ, ਮਿਲਦੇ ਹਾਂ ਫਿਰ ਤੜਕੇ। ਚੱਲ ਠੀਕ ਹੈ, ਹਾਂ ਚੰਗਾ ਠੀਕ ਆ। ਓਏ ਤੂੰ ਕੀ ਦੇਖੀ ਜਾਂਦਾ? ਓਏ ਆਹ ਦੇਖ, ਜੱਸੇ ਦੇ ਘਰ ਵਾਲੀ ਨੇ ਧੂਣਾ ਪੱਟ ਰੱਖੀਆਂ ਨੇ, ਕਿੰਨੀ ਘੈਂਟ ਵੀਡੀਓ। ਓਏ ਹਾਏ, ਓਏ ਦੇਖ ਦੇਖ ਦੇਖ, ਲਾਈਕ ਕਰ ਦੇ ਛੇਤੀ, ਫੋਲੋ ਕਰ ਦੇ। ਆਏ ਹਾਏ, ਜੱਸੇ ਨਾਲ ਕਰਦਾ ਗੱਲ ਵੀ ਇੱਕ ਰੀਲ ਸਾਡੇ ਵੀ ਭਰਜਾਈ ਨਾਲ ਬਣਾ ਦੇ। ਹਾਏ ਕਿਆ ਗੱਲਬਾਤ ਹੈ ਭਰਜਾਈ 'ਚ। ਚੱਲ ਹੁਣ ਬਣੂਗੀ ਗੱਲ, ਹੁਣ ਤਿਆਰ ਹੋ ਕੇ ਸੋਹਣੀ ਜਿਹੀ ਰੀਲ ਪਾਉਂਗੀ, ਘੱਟ ਤੋਂ ਘੱਟ ਇੰਸਟਾਗ੍ਰਾਮ 'ਤੇ 10 ਮਿਲੀਅਨ ਤਾਂ ਹੋਣੀ ਚਾਹੀਦੀ ਹੈ।
ਬਿੱਲੋ, ਉਹ ਬਿੱਲੋ ਇੱਧਰ ਆ। ਇੰਨਾ ਨਹੀਂ ਕੀ ਕਹਿਣਾ। ਉਹ ਯਾਰਾ ਕੀ ਗੰਦ ਪਾਇਆ ਤੂੰ, ਰੀਲਾਂ ਬਣਾਉਣ ਦਾ ਛੱਡ ਖੜਾ। ਨਾ ਕੀ ਹੋ ਗਿਆ ਜੀ, ਆ ਹੁਣੇ ਤਾਂ ਮੇਰੇ ਫੋਲੋਵਰ ਵਧਣ ਲੱਗੇ ਨੇ, ਤੁਸੀਂ ਕਹਿੰਦੇ ਰੀਲਾਂ ਪਾਉਣੀਆਂ ਬੰਦ ਕਰ ਦੇ। ਮੇਰੀ ਗੱਲ ਸੁਣ ਲਓ ਜੀ, ਮੈਂ ਰੋਟੀ ਖਾਣੀ ਬੰਦ ਕਰ ਦੂੰ ਪਰ ਰੀਲਾਂ ਪਾਉਣੀ ਨਹੀਂ ਬੰਦ ਕਰਦੀ ਮੈਂ। ਉਹ ਯਾਰ ਲੋਕ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਨੇ ਵੀ ਤੇਰੀ ਬਹੂ ਆਏ ਆ, ਤੇਰੀ ਬਹੂ ਆਏ ਆ। ਸੌ ਤਰ੍ਹਾਂ ਗਲਤ ਬੋਲਦਾ ਮੈਨੂੰ, ਮੈਥੋਂ ਨਹੀਂ ਸੁਣਿਆ ਜਾਂਦਾ। ਬੰਦ ਕਰ ਦੇ ਇਸਟਾ ਉਸਟਾ ਆਪਣਾ। ਹਾਏ ਮੈਂ ਮਰ ਜਾ, ਇੰਨੇ ਲੋਕ ਜੁੜੇ ਹੋਏ ਨੇ ਮੇਰੇ ਨਾਲ, ਉਹ ਵਿਚਾਰੇ ਕੀ ਕਰਨਗੇ, ਮੈਂ ਨਹੀਂ ਛੱਡ ਸਕਦੀ ਇੰਨੇ ਲੋਕਾਂ ਨੂੰ। ਉਹ ਯਾਰ ਸਭ ਨਕਲੀ ਹੁੰਦੇ ਨੇ, ਸਵਾਦ ਲੈਂਦੇ ਆ ਲੋਕ। ਆ ਦੇਖੀ ਆ ਤੇਰੇ ਰੀਲਾਂ 'ਤੇ ਕਿੰਨੇ ਗੰਦੇ ਗੰਦੇ ਕਮੈਂਟ ਕਰਦੇ ਆ ਲੋਕ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਯਾਰ ਮੈਥੋਂ ਨਹੀਂ ਚਲਾ ਜਾਂਦਾ ਸਭ ਕੁਛ। ਫਿਰ ਕੀ ਹੁੰਦਾ ਜੀ, ਜੇ ਮੈਨੂੰ ਦੇਖਦੇ ਆ ਤਾਂ ਹੀ ਕਮੈਂਟ ਕਰਦੇ ਆ। ਤੁਸੀਂ ਤਾਂ ਸਗੋਂ ਖੁਸ਼ ਹੋਵੋ ਵੀ ਤੁਹਾਡੀ ਘਰ ਵਾਲੀ ਇੰਨੀ ਪਾਪੂਲਰ ਹੋ ਗਈ। ਨਾਲੇ ਮੇਰੀ ਗੱਲ ਸੁਣੋ, ਆ ਖਰਚਾ ਪਾਣੀ ਘਰ ਦਾ ਸਾਰਾ ਇੰਸਟਾਗ੍ਰਾਮ ਤੋਂ ਹੀ ਆਉਂਦਾ, ਤੁਸੀਂ ਕਿਹੜਾ ਕਮਾਉਂਦੇ ਹੋ ਕੁਛ। ਸਿੱਧੀ ਜੀ ਗੱਲ ਹੈ ਜੀ, ਮੈਂ ਤੁਹਾਨੂੰ ਛੱਡ ਦੂੰ ਪਰ ਰੀਲਾਂ ਬਣਾਉਣੀ ਨਹੀਂ ਛੱਡਦੀ। ਨਾ ਮੈਨੂੰ ਕਿਹੋ ਦੁਬਾਰਾ, ਮੈਂ ਨਵੀਂ ਰੀਲ ਬਣਾਉਣੀ ਸੀ ਚੰਗੇ ਭਲੇ ਮੂਡ ਦੀ, ਨਾ ਐਸੀ ਤੈਸੀ ਕਰਤੀ, ਬੁੱਧੂ ਜੇ ਨਾ ਹੋਣ। ਉਹ ਯਾਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ, ਐਂ ਤਾਂ ਆਪਣਾ ਘਰ ਟੁੱਟ ਜੂ। ਟੁੱਟ ਜੂ ਤਾਂ ਟੁੱਟ ਜੇ ਘਰ, ਮੈਨੂੰ ਬੰਦਿਆਂ ਦਾ ਘਾਟਾ। ਇੰਨੀ ਮੇਰੀ ਫੈਨ ਫੋਲੋਇੰਗ ਆ, ਇੰਨੀ ਮੈਂ ਹਿੱਟ ਹਾਂ, ਇੰਨੀਆਂ ਮੇਰੀਆਂ ਰੀਲਾਂ ਚੱਲਦੀਆਂ ਨੇ, ਤੁਸੀਂ ਸ਼ਾਬਾਸ਼ ਤਾਂ ਕੀ ਦੇਣੀ ਹੈ, ਮੇਰੀ ਕਲਾ ਨੂੰ ਦਬਾਉਣ ਨੂੰ ਫਿਰਦੇ ਹੋ, ਬੁੱਧੂ ਜੇ ਨਾ ਹੋਣ ਤਾਂ। ਪਤਾ ਨਹੀਂ ਸਾਲਾ ਕੀ ਹੋਇਆ ਆ ਤੀਵੀਆਂ ਦੇ ਦਿਮਾਗ ਨੂੰ, ਆ ਮੋਬਾਈਲ ਜੇ ਨੇ ਇਹਨਾਂ ਦੀ ਬੁੱਧੀ ਭ੍ਰਿਸ਼ਟ ਕਰੀ ਪਈ ਆ। ਮੈਂ ਇਹਨੂੰ ਫੋਨ ਹੀ ਲੈ ਕੇ ਦੇਣਾ ਸੀ, ਇਹ ਸਭ ਸਾਲੇ ਮੇਰੇ ਕੰਡੇ ਬੀਜੇ ਹੋਏ ਆ, ਹੁਣ ਮੈਨੂੰ ਚੁਗਣੇ ਪੈਣਗੇ। ਉਹ ਬਿੱਲੋ, ਸੱਚੀ ਹੋਏ ਸਰੀਰ ਤਾਂ ਬਿੱਲੋ ਭਾਬੀ ਦਾ, ਦੇਖ ਪਿੱਛੋਂ ਵੀ ਕਿੰਨੀ ਘੈਂਟ ਲੱਗ ਰਹੀ ਆ, ਬਾਕੀ ਤਾਂ ਸਭ ਮਾਤਾ ਦਾ ਮਾਲ ਨੇ। ਉਹ ਜੱਗਿਆ ਸਾਲੇ ਜੱਸੇ ਨੇ ਪਤਾ ਨਹੀਂ ਕੀ ਮੋਤੀ ਪੁੰਨ ਕੀਤੇ ਨੇ, ਜਿਹੜੀ ਉਹਨੂੰ ਐਡੇ ਗਾਟਰ ਸਰੀਰ ਵਾਲੀ ਰੰਨ ਮਿਲੀ ਹੈ। ਆਪ ਦੇਖ ਲੈ ਸਾਲਾ ਕਿਹੋ ਜਿਹਾ, ਮਣਕਰੇ ਹਫ਼ਤਾ ਹਫ਼ਤਾ ਨਹਾਉਂਦਾ ਹੀ ਨਾ ਹੋਵੇ। ਉਹ ਜੋ ਰਿਹਾ ਜੱਸਾ ਨਹਾਵੇ ਨਾ ਨਹਾਵੇ, ਆਪਾਂ ਧਾਰਾਂ ਲੈਣੀਆਂ। ਤੂੰ ਉੱਧਰ ਦੇਖ ਕੀ ਰੰਗ ਬੰਨਾ ਰੱਖਿਆ ਬਿੱਲੋ ਭਾਬੀ ਨੇ, ਤੂੰ ਜਲਵੇ ਦੇਖ ਜਲਵੇ ਧਰਮ ਨਾਲ ਜੋ ਰਿਹਾ, ਦੇਖ ਕੇ ਨਾ ਹੱਸ ਕੇ ਦਿਖਾ ਦੇਣਾ, ਬੰਦਾ ਤਾਂ ਉਹੀ ਮਰਨ ਹੋ ਜਾਏ। ਉਹ ਜੱਗੇ ਬਾਈ ਮੈਂ ਤਾਂ ਪਹਿਲੀ ਮਰਿਆ ਪਿਆ, ਸਹੀ ਕਹਿਣਾ ਤੂੰ, ਪਿੰਡ 'ਚ ਇਹਦੇ ਬਰਾਬਰ ਦੀ ਕੋਈ ਜਨਾਨੀ ਨਹੀਂ। ਹਾਂ ਬਾਈ ਪੂਰੀ ਘੈਂਟ ਹੈ ਬਿੱਲੋ ਭਾਬੀ ਦਾ, ਉਹ ਸਾਲਿਆ ਜੱਸਿਆ ਤੂੰ ਕਿਹੜਾ ਦੇਵਤਾ 'ਤੇ ਆਇਆ ਹੋਇਆ ਤੀ, ਜਿਹੜਾ ਤੈਨੂੰ ਇਹੀ ਜੀ ਬਹੂ ਮਿਲ ਗਈ। ਚੱਲ ਹੁਣ ਕਰੀ ਭਾਬੀ ਨਾਲ ਗੱਲ, ਨਾਲੇ ਜੱਸਾ ਵੀ ਨਹੀਂ ਗਾ ਕਰਾਂ। ਚੱਲ ਉਹ ਯਾਰ 2 ਮਿੰਟ ਸਵਾਦ ਲੈ ਲੈਣ ਦੇ ਪੂਰਾ, ਦੇਖ ਤਾਂ ਤੂੰ ਕਿੰਨੀ ਸੋਹਣੀ ਲੱਗਦੀ ਹੈ, ਮੈਨੂੰ ਤਾਂ ਅਟੈਕ ਹੋਣ ਵਾਲਾ ਹੋ ਰਿਹਾ, ਮੈਂ ਨਹੀਂ ਦੇਖੀ ਇਹੀ ਜੀ ਕਿਤੇ। ਚੱਲ ਰੀਲ ਤਾਂ ਬਣ ਗਈ, ਕਰਦਾ ਪੋਸਟ ਇਹਨੂੰ। ਵੇ ਤੁਸੀਂ ਇੱਥੇ ਕੀ ਕਰਦੇ ਹੋ, ਕੰਮ ਆਏ ਸੀ ਕੋਈ? ਹਾਂ ਭਾਬੀ ਕੰਮ ਆਏ ਸੀ ਥੋੜਾ ਜਿਹਾ, ਆ ਜਾ ਬੁਲਾ ਲਿਆ। ਆ ਜਾਓ
ਭਾਬੀ ਅੱਜ ਤਾਂ ਬਹੁਤ ਜ਼ਰੂਰੀ ਕੰਮ ਆਇਆ। ਹਾਂ ਨਾ ਇਹੋ ਜਿਹਾ ਕੀ ਜ਼ਰੂਰੀ ਕੰਮ ਹੈ ਵੇ? ਬੋਲ ਤੂੰ ਦੱਸ। ਭਾਬੀ ਅਸੀਂ ਨਾ ਤੇਰੀਆਂ ਰੀਲਾਂ ਦੇਖਦੇ ਹਾਂ ਇੰਸਟਾ 'ਤੇ। ਹਾਂ ਭਾਬੀ ਇੱਕ ਇੱਕ ਰੀਲ ਨਾ 100-100 ਵਾਰੀ ਦੇਖਦੇ ਹਾਂ। ਤੂੰ ਤਾਂ ਭਾਬੀ ਇੰਨੀ ਹਿੱਟ ਹੈ ਨਾ ਇੰਸਟਾ 'ਤੇ, ਸਾਡੇ ਨਾਲ ਵੀ ਇੱਕ ਰੀਲ ਬਣਾ ਲੈ। 7 ਗਊਆਂ ਜਿੰਨਾ ਭੁੰਨ ਲੱਗੂਗਾ। ਫੈਨ ਆ ਭਾਬੀ ਅਸੀਂ ਤੇਰੇ, ਫੈਨ ਆ ਤੇਰੀ, ਹਰੇਕ ਰੀਲ ਲਾਈਕ ਕਰਦੇ ਹਾਂ। ਬਸ ਇੰਨੀ ਹੀ ਗੱਲ ਹੈ? ਹਾਂ ਤੇ ਤੁਸੀਂ ਮੇਰੇ ਰੀਲਾਂ ਦੇਖਦੇ ਹੋ? ਹਾਂ ਇੰਨਾ ਪਿਆਰ ਕਰਦੇ ਤੁਸੀਂ ਮੈਨੂੰ? ਬੜਾ ਪਿਆਰ ਕਰਦੇ ਆ ਭਾਬੀ। ਮੈਂ ਹੁਣੇ ਬਣਾ ਲੈਂਦੇ ਹਾਂ ਤੁਹਾਡੇ ਨਾਲ। ਹਾਂ ਜੇ ਦੋਨੇ ਜਾਣੇ ਪਰਲੇ ਪਾਸੇ ਆ ਜਾ, ਪਰਲੇ ਪਾਸੇ ਆਪਦੇ ਵਾਲੇ 'ਤੇ ਬਣਾਵਾਂਗੇ ਤੁਹਾਡੇ ਵਾਲੇ ਮੋਬਾਈਲ 'ਤੇ ਭਾਬੀ। ਉਹ ਗਾਣੇ 'ਤੇ ਬਣਾਉਣੀ ਆ। ਭੀਗੇ ਹੋਂਟ ਤੇਰੇ ਪਿਆਸਾ ਦਿਲ ਮੇਰਾ, ਓ ਓ ਓ ਓ ਉਹਦੇ ਪਰ ਬਣਾਉਣੀ ਆ। ਬੇ ਨਾ ਉਹ ਗਾਣੇ 'ਤੇ ਬਣਾਉਂਦੀ ਮੈਂ ਰੀਲ, ਸਾਫ਼ ਸੁਥਰੇ ਗਾਣੇ 'ਤੇ ਬਣਾਉਣੀ ਆ। ਅੱਛਾ ਚੱਲ। ਓਏ ਓਏ ਆ ਕੀ ਚੱਲ ਰਿਹਾ ਓਏ? ਹੈਂ ਰੀਲਾਂ ਰੀਲਾਂ ਬਣਾਉਣ ਆਏ ਨੇ ਜੀ ਮੇਰੇ ਨਾਲ, ਮੇਰੇ ਫੈਨ ਨੇ ਬਹੁਤ ਵੱਡੇ। ਹਾਂ ਕਹਿੰਦੇ ਸਾਡੇ ਨਾਲ ਇੱਕ ਰੀਲ ਬਣਾ ਲੈ, ਮੈਂ ਕਿਹਾ ਚੱਲ ਬਣਾ ਲੈਂਦੇ। ਖਬਰਦਾਰ ਜੀ ਇਹਨਾਂ ਨਾਲ ਕੋਈ ਰੀਲ ਬਣਾਈ, ਚਲੋ ਭੱਜ ਸਾਲਿਓ, ਨਹੀਂ ਮਾਰ ਮਾਰ ਜੁੱਤੀਆਂ ਸਾਲੇ ਦਾ ਸਿਰ ਗੰਜਾ ਕਰ ਦੂੰ। ਆਏ ਵੱਡੇ ਫੈਨ ਕੀ ਕਰੀ ਜਾਂਦੇ ਹੋ ਜੀ? ਫੈਨ ਨੇ ਮੇਰੇ, ਤੁਸੀਂ ਗਾਲਾਂ ਕੱਢੀ ਜਾਂਦੇ ਹੋ, ਕੀ ਪਤਾ ਕਿੰਨੀ ਆਸ ਲੈ ਕੇ ਆਏ ਨੇ ਵਿਚਾਰੇ। ਉਹ ਫੈਨ ਫੂਨ ਕਿਹੜੇ ਨੇ ਇਹ? ਓਏ ਸਵਾਦ ਲੈਣ ਆਏ ਨੇ ਤੀਮੀਆਂ ਦੇ ਚਸਕੂ ਸਾਲੇ, ਪਤਾ ਨਹੀਂ ਤੇਰੇ ਰੀਲਾਂ ਦੇਖਦੇ ਨੇ ਕਿ ਨਹੀਂ, ਤੂੰ ਐਵੇਂ ਚੌੜੀ ਹੋਈ ਫਿਰਦੀ ਆ। ਬਾਈ ਦੇਖਦੇ ਆ, ਪੁੱਛ ਲੈ ਜਾ ਬਾਈ। ਹਾਂ ਦੇਖਦੇ ਆ, ਕਮੈਂਟ ਦੇਖ ਲੈ ਭਾਬੀ, ਕਮੈਂਟ ਕਰਦੇ ਆ ਅਸੀਂ। ਹਾਏ ਸੋ ਸਵੀਟ, ਦੇਖੀ ਜੀ ਬਣਾ ਲੈਣ ਦੋ ਇੱਕ ਰੀਲ, ਕੀ ਜਾਂਦਾ। ਬਸ ਬਾਈ ਇੱਕ ਇੱਕ ਰੀਲ ਭਾਬੀ ਉਸੇ ਗਾਣੇ ਤੇ ਖੜ ਦੋ ਮੇਰੇ ਸਾਲਿਓ, ਮੈਂ ਬਣਾਉਣਾ ਤੁਹਾਡੇ ਰੀਲਾਂ। ਸਾਲੇ ਬਣੇ ਆ ਰੀਲਾਂ ਦੇ, ਜੇ ਸਾਲੇ ਮੁੜ ਕੇ ਦੇਖ ਕੇ ਨਾ ਤੁਹਾਡੀਆਂ ਰੀਲਾਂ ਸਾਡੇ ਟੇਪ ਰਿਕਾਰਡ ਵੀ ਭੰਨ ਦੂੰ। ਸਾਲੇ ਵੱਡੇ ਫੈਨ, ਨਾਲੇ ਤੂੰ ਸੁਣ ਲਾ ਗੱਲ, ਜੇ ਅੱਗੇ ਨੂਰੇ ਦੇਖ ਕੇ ਨਾ ਤੇਰੇ ਵੀ ਜੁੱਤੀ ਫੇਰੂਗਾ, ਚੱਲ ਅੰਦਰ। ਕੀ ਕਰੀ ਜਾਂਦੇ ਹੋ ਜੀ? ਫੈਨ ਸੀ ਉਹ ਮੇਰੇ, ਭੱਗ ਜਾ ਇੱਥੋਂ, ਵੱਡੀ ਆਈ ਆ ਫੈਨ ਵਾਲੀ। ਦੇਖੀ ਕੁਛ ਨਹੀਂ ਕਰਨ ਦਿੰਦੇ ਤੁਸੀਂ ਮੈਨੂੰ, ਚੱਲ ਦਫਾ ਹੋ, ਮੱਚਦੇ ਤੁਸੀਂ ਮੇਰੇ ਤੇ। ਮੇਰੇ ਸਾਲੇ ਜੀ ਨੇ ਚੰਗਾ ਰੌਣਕ ਮੇਲਾ ਲਾਇਆ ਘਰੇ, ਫੈਨ ਆ ਮੇਰੇ ਫੈਨ। ਲੈ ਵੀ ਜੋਰਿਆ ਰੀਲਾ ਕੰਮ ਤਾਂ ਬਣ ਗਿਆ, ਬਸ ਜੇ ਜੇ ਸਮਾਂ ਕਿਤੇ ਨਾ ਆਉਂਦਾ। ਹੋਰ ਕੀ ਬਾਈ, ਸਾਲੇ ਨੇ ਆਪਾਂ ਨੂੰ ਤਾਂ ਜਮੀ ਰੰਗੇ ਹੱਥੀ ਫੜ ਲਿਆ। ਉਦਾਹਰਨ ਤਾਂ ਚੱਜ ਦੀ ਦੇ ਲਾ, ਰੰਗੇ ਹੱਥ ਨੂੰ ਕੀ ਆਪਾਂ ਭਾਬੀ ਨਾਲ, ਚੱਲ ਛੱਡ ਪਰਾਂ, ਜੋ ਹੋ ਗਿਆ ਸੋ ਹੋ ਗਿਆ, ਹੁਣ ਆਪਾਂ ਨੂੰ ਨਿਗਾਹ ਰੱਖਣੀ ਪੈਣੀ ਆ ਵੀ ਜੱਸਾ ਕਿਹੜੇ ਟਾਈਮ ਘਰ ਤੋਂ ਬਾਹਰ ਜਾਂਦਾ, ਜੱਸਾ ਆਊਟ ਆਪਾਂ ਇਨ। ਬਿੱਲੋ ਭਾਬੀ ਆਪਾਂ ਨੂੰ ਜਵਾਬ ਦਿੰਦੀ ਨਹੀਂ, ਉਹਨੇ ਤਾਂ ਹਮੀ ਭਰੇ ਦੇਈ। ਉਹ ਬਾਈ ਜੱਗੇ, ਹਾਂ ਮੈਂ ਤਾਂ ਸਹੁੰ ਖਾ ਲਈ, ਇੱਕ ਰੀਲ ਤਾਂ ਬਿੱਲੋ ਭਾਬੀ ਨਾਲ ਬਣਾਉਣੀ ਓ ਬਣਾਉਣੀ, ਬਣਾਵਾਂਗੇ ਚਾਹੇ ਕੁਛ ਵੀ ਕਰਨਾ ਪਵੇ, ਮੇਰੇ ਅੱਗ ਲੱਗੀ ਪਈ ਆ ਯਾਰ। ਚੱਲ ਠੰਡਾ ਹੋ, ਅੱਗ 'ਤੇ ਪਾਣੀ ਪਾ, ਆਪਾਂ ਠੇਕੇ ਨੂੰ ਚੱਲਦੇ ਹਾਂ, ਉੱਥੇ ਪੈਗ ਪੈਗ ਲਾਉਂਦੇ ਹਾਂ, ਫਿਰ ਸੋਚਦੇ ਹਾਂ ਵੀ ਅਗਲੀ ਰਣਨੀਤੀ ਕੀ ਬਣਾਉਣੀ ਆ। ਠੀਕ ਆ, ਚੱਲ ਚੱਲੀਏ, ਚੱਲ ਫਿਰ, ਚੱਲ ਫਿਰ।
ਹਾਏ ਦੇਖੀ ਕਿੰਨੇ ਵਧੀਆ ਵਧੀਆ ਕਮੈਂਟ ਆਏ ਪਏ ਨੇ। ਇਹ ਉਹੀ ਮੱਚਦੇ ਰਹਿੰਦੇ ਨੇ ਮੇਰੇ 'ਤੇ ਪਾਗਲ ਜੀ। ਬਿੱਲੋ ਬਹੁਤ ਹੋ ਗਿਆ ਹੁਣ, ਜਾਂ ਤਾਂ ਤੂੰ ਰੀਲਾਂ ਬਣਾ ਲਾ ਜਾਂ ਆਪਣਾ ਘਰ ਚਲਾ ਲਾ, ਇਹਨਾਂ ਦੋਹਾਂ 'ਚੋਂ ਇੱਕ ਚੀਜ਼ ਚੁਣ ਲਾ। ਮੈਂ ਨਹੀਂ ਲੋਕਾਂ ਦੇ ਤਾਨੇ ਸੁਣ ਸਕਦਾ। ਰੀਲਾਂ ਬਣਾਉਣੇ ਤਾਂ ਮੈਂ ਛੱਡ ਨਹੀਂ ਸਕਦੀ, ਬਾਕੀ ਤੇਰੀ ਮਰਜ਼ੀ। ਆ ਰੀਲਾਂ ਦੇ ਚੱਕਰ 'ਚ ਨਾ ਪਹਿਲਾਂ ਕਈ ਘਰ ਟੁੱਟ ਗਏ, ਆ ਤੇਰੇ ਖਾਨੇ 'ਚ ਕਿਉਂ ਨਹੀਂ ਪੈਂਦੇ? ਦੇਖੀ 10 ਲੱਖ ਬੰਦਾ ਜੁੜਿਆ ਮੇਰੇ ਨਾਲ ਇੰਸਟਾਗ੍ਰਾਮ 'ਤੇ, ਜੇ ਮੈਂ ਨਾ ਰੀਲਾਂ ਪਾਈਆਂ ਉਹ ਵਿਚਾਰੇ ਕਿੱਧਰ ਜਾਣਗੇ? ਮੈਂ ਇੱਕ ਬੰਦੇ ਦਾ ਤਾਂ ਦਿਲ ਤੋੜ ਸਕਦੀ ਹਾਂ ਪਰ 10 ਲੱਖ ਜਾਣਿਆਂ ਦਾ ਨਹੀਂ ਤੋੜ ਸਕਦੀ। ਉਹ ਯਾਰ ਸਾਰਾ ਕੁਛ ਨਕਲੀ ਹੁੰਦਾ ਹੈ। ਆ ਕਿਹੜੇ ਬੰਦੇ ਜੁੜੇ ਤੇਰੇ ਨਾਲ? ਇਹ ਸਾਰੇ ਫੇਕ ਨੇ। ਇਹਨਾਂ 10 ਲੱਖ 'ਚੋਂ ਕੋਈ ਇੱਕ ਬੰਦਾ ਕੰਮ ਆਇਆ ਤੇਰੇ? ਕਿਹੜਾ ਸਾਲਾ ਤੈਨੂੰ ਇੱਥੇ ਰਾਸ਼ਨ ਦੇ ਕੇ ਗਿਆ? ਤੂੰ ਤਾਂ ਬੁੱਧੂ ਸੀ, ਬੁੱਧੂ ਹੀ ਰਹਿਣਾ। ਆ ਜਿਹੜਾ ਇੰਸਟਾਗ੍ਰਾਮ ਤੋਂ ਪੈਸਾ ਆਉਂਦਾ ਉਹ ਤਾਂ ਹੀ ਆਉਂਦਾ ਜੇ ਮੈਂ ਰੀਲਾਂ ਬਣਾ ਬਣਾ ਪਾਉਂਦੀ ਹਾਂ। ਨਾ ਮੈਨੂੰ ਐਂ ਦੱਸ, ਜੇ ਰੱਬ ਨੇ ਮੈਨੂੰ ਸੋਹਣੀ ਬਣਾ ਤਾ, ਇੰਨਾ ਸੋਹਣਾ ਫੇਸ ਦੇ ਤਾ, ਇੰਨਾ ਸੋਹਣਾ ਸਰੀਰ ਦੇ ਤਾ, ਜੇ 1/2 ਮਿੰਟ ਦੀ ਰੀਲ ਬਣਾ ਕੇ ਇੰਨੇ ਡਾਲਰ ਮਿਲਦੇ ਨੇ, ਤੇਰੀ ਕੋ ਪੀੜ ਹੋਈ ਜਾਂਦੀ ਹੈ। ਯਾਰ ਮੈਨੂੰ ਨਹੀਂ ਪਤਾ, ਬਸ ਤੂੰ ਅੱਜ ਤੋਂ ਬਾਅਦ ਰੀਲਾਂ ਨਹੀਂ ਬਣਾਉਣੀਆਂ। ਮੈਂ ਤਾਂ ਬਣਾਉਂਗੀ, ਆਪ ਤਾਂ ਕੁਛ ਕਰਿਆ ਨਹੀਂ ਹੈਗਾ ਜ਼ਿੰਦਗੀ 'ਚ, ਮੈਨੂੰ ਕੁਛ ਕਰਨ ਨਹੀਂ ਦਿੰਦਾ। ਮੈਨੂੰ ਨਾ ਬੁਲਾਇਆ ਕਰ, ਨਾਲੇ ਜੇ ਬਾਲਾ ਔਖਾ ਨਾ ਤਲਾਕ ਦੇ ਦੇ ਮੈਨੂੰ, ਮੈਂ ਤਾਂ ਆਪੇ ਲੈ ਲੂੰ ਇਕੱਲੀ। ਬਸ ਠੀਕ ਆ ਬਿੱਲੋ, ਆ ਰੀਲਾਂ ਪਿੱਛੇ ਘਰ ਤੋੜ ਰਹੀ ਹੈ ਤੂੰ। ਮੈਨੂੰ ਕੋਈ ਅਫਸੋਸ ਨਹੀਂ ਹੈਗਾ, ਆ ਇੰਸਟਾ ਹੀ ਮੇਰੀ ਦੁਨੀਆ ਹੈ। ਰੀਲਾਂ, ਇੰਸਟਾ, ਫੇਸਬੁੱਕ, ਬਸ ਆਹੀ ਸਾਰਾ ਕੁਛ। ਜਿਹੜਾ ਬੰਦਾ ਮੇਰੀ ਇੰਨੀ ਕੁ ਗੱਲ ਨਹੀਂ ਸਹਾਰ ਸਕਦਾ ਉਹਦੇ ਨਾਲ ਰਹਿਣ ਦਾ ਵੀ ਕੀ ਫਾਇਦਾ? ਨਾਲੇ ਮੇਰੇ ਲਈ ਰੀਲਾਂ ਜ਼ਰੂਰੀ ਨੇ, ਤੂੰ ਨਹੀਂ। ਜੇ ਤੇਰੀ ਆਹੀ ਦੁਨੀਆ ਨਾ ਬਿੱਲੋ ਤਾਂ ਤੈਨੂੰ ਤੇਰੀ ਦੁਨੀਆ ਮੁਬਾਰਕ, ਮੇਰੀ ਇਹ ਦੁਨੀਆ ਨਹੀਂ ਹੈਗੀ। ਮੈਂ ਝੂਠ ਫਰੇਬ ਪਿੱਛੇ ਰਹਿ ਕੇ ਜ਼ਿੰਦਗੀ ਨਹੀਂ ਕੱਟ ਸਕਦਾ। ਮੈਂ ਤਾਂ ਕਹਿੰਦਾ ਤੂੰ ਕੋਈ ਚੱਜ ਦਾ ਕੰਮ ਕਰ ਕਰੇ, ਮੈਨੂੰ ਪਿਆਰ ਨਾਲ ਸੁੱਤੇ ਪਏ ਨੂੰ ਜਗਾਵੇ, ਮੇਰੇ ਵਾਸਤੇ ਚਾਹ ਪਰੌਂਠੇ ਬਣਾਵੇ ਅਤੇ ਸਾਰਾ ਘਰ ਦਾ ਕੰਮ ਕਾਰ ਕਰੇ, ਕਿੰਨੀ ਸੋਹਣੀ ਜ਼ਿੰਦਗੀ ਹੋਊਗੀ ਆਪਣੀ। ਮੈਂ 21ਵੀਂ ਸਦੀ ਦੀ ਕੁੜੀ ਹਾਂ ਜੱਸੇ, ਮੇਰੇ ਲਈ ਫੈਨ ਫੋਲੋਇੰਗ ਹੀ ਸਾਰਾ ਕੁਛ ਹੈ। ਠੀਕ ਆ ਬਿੱਲੋ, ਜਦੋਂ ਤੈਨੂੰ ਸੱਚਾਈ ਦਾ ਪਤਾ ਲੱਗੂ ਉਦੋਂ ਤੈਨੂੰ ਸਾਰੀ ਗੱਲ ਸਮਝ ਆਉਣੀ ਹੈ ਵੀ ਇਹ ਸਭ ਕੂੜ ਤਮਾਸ਼ਾ। ਮੈਨੂੰ ਤੇਰੇ ਭਾਸ਼ਣ ਦੀ ਲੋੜ ਨਹੀਂ, ਮੈਂ ਘਰ ਤਾਂ ਛੱਡ ਸਕਦੀ ਹਾਂ ਪਰ ਰੀਲਾਂ ਬਣਾਉਣੀਆਂ ਨਹੀਂ। ਹੁਣ ਸਾਂਭ ਲਾ ਆਪਣਾ ਘਰ। ਆ ਸਾਲੇ ਇੰਟਰਨੈੱਟ ਨੇ ਕਿੰਨਾ ਬਦਲਾਵ ਕਰਤਾ ਮਨੁੱਖੀ ਜ਼ਿੰਦਗੀ 'ਚ, ਹੁਣ ਇਹ ਇੰਟਰਨੈੱਟ ਮਨੁੱਖੀ ਰਿਸ਼ਤਿਆਂ 'ਤੇ ਭਾਰੂ ਪੈ ਗਿਆ। ਨਾ ਕੋਈ ਘਰਵਾਲੀ ਘਰਵਾਲੇ ਨੂੰ ਕੁਛ ਸਮਝਦੀ ਹੈ, ਨਾ ਕੋਈ ਭੈਣ ਭਰਾ ਦਾ ਪਿਆਰ ਰਿਹਾ, ਨਾ ਕੋਈ ਪਰਿਵਾਰਕ ਸਾਂਝ ਰਹੀ ਹੈ। ਬਸ ਇਨਸਾਨ ਦੇ ਦਿਮਾਗ ਉੱਤੇ ਇੰਟਰਨੈੱਟ ਹੀ ਹਾਵੀ ਰਹਿ ਗਿਆ। ਹੁਣ ਇਹਨਾਂ ਰਿਸ਼ਤਿਆਂ ਨੇ ਇੰਟਰਨੈੱਟ 'ਤੇ ਆ ਕੇ ਦਮ ਤੋੜਤਾ। ਮੈਨੂੰ ਲੱਗਦਾ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਣ ਵਾਲਾ। ਭਰਾਵੋ ਸੰਭਲ ਜਾਓ ਜੇ ਸੰਭਲ ਸਕਦੇ ਹੋ ਤਾਂ, ਨਹੀਂ ਇਸ ਇੰਟਰਨੈੱਟ ਨੇ ਨਾ ਤੁਹਾਨੂੰ ਇੱਕ ਦਿਨ ਖਤਮ ਕਰ ਦੇਣਾ। ਅਸਲੀ ਜ਼ਿੰਦਗੀ ਜੀਓ, ਫੇਕ ਨਹੀਂ।